ਪਰਮ ਸਤਿਕਾਰਯੋਗ ਖਾਲਸਾ ਸਾਧ ਸੰਗਤ ਜੀ, ਆਓ ਸਾਰੀ ਸੰਗਤ ਰਸਨਾ ਨੂੰ ਪਵਿੱਤਰ ਕਰੋ ਤੇ ਗਰਜਵੀਂ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮਾਝੇ ਦੀ ਧਰਤੀ ਤੋਂ ਇਸ ਇਨਸਾਫ ਮੋਰਚੇ ਵਿੱਚ ਸੰਗਤ ਦਾ ਬੜਾ ਵੱਡਾ ਜਥਾ ਹਾਜ਼ਰੀ ਭਰਨ ਵਾਸਤੇ ਪਹੁੰਚਿਆ। ਮਾਝੇ ਦੀ ਧਰਤੀ ਦੇ ਵਿੱਚੋਂ ਅੱਜ ਕਿਹੜਾ ਇਲਾਕਾ, ਜਿਸ ਇਲਾਕੇ ਦੇ ਵਿੱਚੋਂ ਅੱਜ ਗੁਰੂ ਕੀ ਸੰਗਤ ਇਸ ਬਰਗਾੜੀ ਇਨਸਾਫ ਮੋਰਚੇ ਵਿੱਚ ਨਹੀਂ ਪਹੁੰਚੀ? ਸੁੱਗਾ, ਬੈਂਕਾ, ਬਲੇਰ ਔਰ ਨਗਰ ਸੁਰ ਸਿੰਘ ਮਹਾਂਪੁਰਸ਼ ਸਤਿਕਾਰਯੋਗ ਧੰਨ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਅੰਸ਼ ਬੰਸ਼ ਦੇ 12ਵੇਂ ਜਾਨਸ਼ੀਨ ਸਿੱਖ ਜਗਤ ਦੀ ਮਹਾਨ ਸ਼ਖਸੀਅਤ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ ਮਹਾਂਪੁਰਸ਼ਾਂ ਨੇ ਵੀ ਸੁਰ ਸਿੰਘ ਸਾਹਿਬ ਜੀ ਦੇ ਪਾਵਨ ਧਰਤੀ ਤੋਂ ਬੇਨਤੀ ਆਪਣੇ ਸਿੰਘਾਂ ਨੂੰ ਤਿਆਰ ਕਰਕੇ ਔਰ ਹੋਰ ਨਗਰਾਂ ਦੇ ਵਿੱਚ ਆਸੇ ਪਾਸੇ ਅਨਾਊਂਸਮੈਂਟਾਂ ਕਰਵਾ ਕੇ ਸੰਗਤਾਂ ਨੂੰ ਇਕੱਤਰ ਕਰਕੇ ਤੇ ਸੁਰ ਸਿੰਘ ਸਾਹਿਬ ਦੇ ਪਾਵਨ ਧਰਤੀ ਤੋਂ ਵੀ ਬੜਾ ਵੱਡਾ ਸੰਗਤ ਦਾ ਕਾਫਲਾ ਮਹਾਂਪੁਰਸ਼ਾਂ ਨੇ ਇਸ ਮਾਝੇ ਵਾਲੇ ਕਾਫਲੇ ਦੇ ਵਿੱਚ ਉਹਨਾਂ ਮਹਾਂਪੁਰਸ਼ਾਂ ਨੇ ਦਾਖਲ ਕੀਤਾ ਹੈ। ਸੋ ਮਹਾਂਪੁਰਸ਼ ਸ੍ਰੀ ਮਾਨ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ ਮਹਾਂਪੁਰਸ਼ਾਂ ਵੱਲੋਂ ਹੁਕਮ ਸੀ ਕਿ ਸਾਡੇ ਵੱਲੋਂ ਸਿੰਘ ਸਾਹਿਬਾਨਾਂ ਨੂੰ ਔਰ ਗੁਰੂ ਦੀਆਂ ਸੰਗਤਾਂ ਨੂੰ ਫਤਿਹ ਜ਼ਰੂਰ ਬੁਲਾ ਦਿਓ, ਸਾਡੇ ਵੱਲੋਂ ਵੀ ਹਾਜ਼ਰੀ ਸੰਗਤ ਦੇ ਵਿੱਚ ਲਵਾ ਦਿਓ। ਸੋ ਸਾਡੇ ਬਹੁਤ ਹੀ ਸਨਮਾਨ ਜੋ ਸਿੱਖ ਕੌਮ ਦੀਆਂ ਮਹਾਨ ਹਸਤੀਆਂ ਸਰਬੱਤ ਖਾਲਸੇ ਦੇ ਵੱਲੋਂ ਥਾਪੇ ਗਏ ਮਹਾਨ ਜਥੇਦਾਰ ਸਿੰਘ ਸਾਹਿਬ ਗਿਆਨੀ ਧਿਆਨ ਸਿੰਘ ਜੀ ਮਨ ਸਾਹਿਬ, ਸਿੰਘ ਸਾਹਿਬ ਜਥੇਦਾਰ ਗਿਆਨੀ ਬਲਜੀਤ ਸਿੰਘ ਜੀ ਦਾਦੂਵਾਲ, ਸਿੰਘ ਸਾਹਿਬ ਗਿਆਨੀ ਅਮਰੀਕ ਸਿੰਘ ਜੀ ਅਜਨਾਲਾ ਸਾਹਿਬ, ਬੜੇ ਸੋਹਣੇ ਤਰੀਕੇ ਦੇ ਨਾਲ ਕਈਆਂ ਦਿਨਾਂ ਤੋਂ ਸਾਧ ਸੰਗਤ ਜੀ ਇਹਨਾਂ ਸਰਕਾਰਾਂ ਦੇ ਕੋਲੋਂ ਇਨਸਾਫ ਲੈਣ ਵਾਸਤੇ ਕਮਰ ਕੱਸਾ ਕੀਤਾ ਹੋਇਆ ਤੇ ਦਿਨ ਰਾਤ ਇਹ ਕਰਕੇ ਆਪਣੇ ਘਰ ਪਰਿਵਾਰ ਦਾ ਸਭ ਕੁਝ ਸਾਧ ਸੰਗਤ ਜੀ ਚੇਤਾ ਭੁਲਾ ਕੇ ਤੇ ਬਰਗਾੜੀ ਦੀ ਧਰਤੀ ਤੇ ਇਹਨਾਂ ਸਰਕਾਰਾਂ ਦੇ ਕੋਲੋਂ ਇਨਸਾਫ ਲੈਣ ਵਾਸਤੇ ਇਸ ਮੋਰਚੇ ਵਿੱਚ ਉਹਨਾਂ ਨੇ ਮੋਰਚਾ ਲਗਾਇਆ ਹੋਇਆ ਹੈ। ਸੋ ਇਹਨਾਂ ਸਿੰਘ ਸਾਹਿਬਾਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਤਿੰਨ ਕੌਮ ਦੇ ਜਥੇਦਾਰ ਸਾਡੀ ਝੋਲੀ ਵਿੱਚ ਪਾਏ ਨੇ ਔਰ ਸਾਡਾ ਫਰਜ਼ ਬਣਦਾ ਹੈ ਕਿ ਆਪਾਂ ਵੱਧ ਤੋਂ ਵੱਧ ਇਹਨਾਂ ਜਥੇਦਾਰ ਸਾਹਿਬਾਨਾਂ ਦਾ ਸਹਿਯੋਗ ਦੇਈਏ, ਕਿਉਂਕਿ ਇਹ ਜਿਹੜਾ ਕਾਰਜ, ਇਹ ਜਿਹੜਾ ਕੰਮ ਇਹਨਾਂ ਨੇ ਆਰੰਭਿਆ ਹੋਇਆ ਹੈ, ਕਿਸੇ ਇੱਕ ਦੇ ਸਿੱਖ ਦੇ ਵੱਸ ਦੀ ਗੱਲ ਨਹੀਂ। ਜਿੰਨਾ ਚਿਰ ਤੱਕ ਸਮੁੱਚੀ ਸਿੱਖ ਕੌਮ ਇੱਕ ਪਲੇਟਫਾਰਮ ਤੇ ਇਕੱਤਰ ਨਾ ਹੋ ਗਈ, ਉਹਨਾਂ ਚਿਰ ਤੱਕ ਸਾਨੂੰ ਇਨਸਾਫ ਨਹੀਂ ਮਿਲੇਗਾ। ਅੱਜ ਲੋੜ ਹੈ ਕਿ ਆਪਾਂ ਵੱਧ ਤੋਂ ਵੱਧ ਪਰਿਵਾਰਾਂ ਦੇ ਸਮੇਤ ਇਸ ਬਰਗਾੜੀ ਇਨਸਾਫ ਮੋਰਚੇ ਵਿੱਚ ਹਾਜ਼ਰੀਆਂ ਭਰੀਏ। ਸੋ ਸਤਿਕਾਰਯੋਗ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਸ਼੍ਰੀ ਮਾਨ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ, ਸ਼੍ਰੀ ਮਾਨ ਸੰਤ ਬਾਬਾ ਗੁਰਬਚਨ ਸਿੰਘ ਸਾਹਿਬ ਜੀ, ਅੰਸ਼ ਬੰਸ਼ ਬਾਬਾ ਬਿਧੀ ਚੰਦ ਸਾਹਿਬ ਜੀ, ਉਹਨਾਂ ਮਹਾਂਪੁਰਸ਼ਾਂ ਵੱਲੋਂ ਸਾਨੂੰ ਹੁਕਮ ਸੀ ਕਿ ਸਾਡੀ ਹਾਜ਼ਰੀ ਸੰਗਤ ਦੇ ਜ਼ਰੂਰ ਲਵਾ ਦਿਓ। ਸੋ ਸਤਿਕਾਰਯੋਗ ਬਾਬਾ ਗੁਰਮੇਲ ਸਿੰਘ ਜੀ ਢੋਟੀ ਸਾਹਿਬ, ਭਾਈ ਸਤਨਾਮ ਸਿੰਘ ਜੀ ਮਨਾਵਾ, ਭਾਈ ਹਰਪਾਲ ਸਿੰਘ ਜੀ ਬਲੇਰ, ਬਾਬਾ ਰਜਿੰਦਰਪਾਲ ਸਿੰਘ ਜੀ, ਬਾਬਾ ਦਰਸ਼ਨ ਸਿੰਘ ਜੀ ਮਾਲੂਵਾਲ ਵਾਲੇ ਸੰਤਾਂ ਦੇ ਮਾਲੂਵਾਲ ਉਸ ਨਗਰ ਤੋਂ ਮਹਾਂਪੁਰਸ਼ ਪਹੁੰਚੇ ਹੋਏ ਨੇ, ਸਾਰਿਆਂ ਦਾ ਧੰਨਵਾਦ। ਔਰ ਆਓ ਸਤਿਕਾਰਯੋਗ ਸ਼੍ਰੀ ਮਾਨ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ ਮਹਾਂਪੁਰਸ਼ਾਂ ਦੀ ਹਾਜ਼ਰੀ ਸਿੰਘ ਸਾਹਿਬ ਜੀ ਆਪ ਜੀ ਵੀ ਪ੍ਰਵਾਨ ਕਰੋ ਔਰ ਗੁਰੂ ਕੀ ਸੰਗਤ ਵੀ ਪ੍ਰਵਾਨ ਕਰੋ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।